ਮੋਹਾਲੀ ਤੋਂ ਸਰਸਾ ਨੰਗਲ ਦੇ ਵਿਚਕਾਰ ਇੱਕ ਕੋਲੇ ਅਤੇ ਜਿਪਸਮ ਦਾ ਡੰਪ ਲੋਕਾਂ ਲਈ ਮੁਸੀਬਤ ਬਣ ਚੁੱਕਾ ਹੈ, ਕਿਉਂਕਿ ਇਸ ਡੰਪ 'ਤੇ ਰੋਜ਼ਾਨਾ ਸੈਂਕੜੇ ਗੱਡੀਆਂ ਲੋਡ ਅਤੇ ਅਨਲੋਡ ਹੁੰਦੀਆਂ ਹਨ, ਜਿਸ ਕਾਰਨ ਮੇਨ ਰੋਡ 'ਤੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਇਸ ਜਗ੍ਹਾ 'ਤੇ ਕਈ ਐਕਸੀਡੈਂਟ ਵੀ ਹੋ ਚੁੱਕੇ ਹਨ। ਅਤੇ ਜਦੋਂ ਇਹ ਗੱਡੀਆਂ ਵਰਖਾ ਤੋਂ ਬਾਅਦ ਰੋਡ 'ਤੇ ਚੜ੍ਹਦੀਆਂ ਹਨ ਤਾਂ ਟਾਇਰਾਂ ਨੂੰ ਮਿੱਟੀ ਲੱਗਣ ਕਾਰਨ ਧੂੜ ਰਾਹਗੀਰਾਂ ਦੀਆਂ ਅੱਖਾਂ ਵਿੱਚ ਪੈਂਦੀ ਹੈ, ਅਤੇ ਜਿੱਥੇ ਇਹ ਡੰਪ ਹੈ ਉਸ ਦੇ ਨਾਲ ਰੇਲਵੇ ਲਾਈਨ ਵੀ ਗੁਜ਼ਰਦੀ ਹੈ, ਜਿਸ ਕਰਕੇ ਕਿਸੇ ਵਕਤ ਵੀ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸੰਬੰਧੀ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ ਨੂੰ ਸ਼ਿਕਾਇਤ ਵੀ ਕੀਤੀ ਹੋਈ ਹੈ, ਪਰ ਅੱਜ ਤੱਕ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ ਜਦੋਂ SDM ਮੈਡਮ ਹਰਜੋਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੌਕਾ ਦੇਖ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਹਾਂਜੀ, ਇੱਥੇ ਆਪਣੇ ਸਰਸਾ ਨੰਗਲ ਤੋਂ ਘਨੌਲੀ ਦੇ ਵਿਚਕਾਰ ਇੱਕ ਡੰਪ ਹੈ ਕੋਲੇ ਦਾ, ਜਿਹਦੇ ਕਰਕੇ ਬਹੁਤ ਸਮੱਸਿਆ ਆ ਰਹੀ ਹੈ ਆਪਾਂ ਨੂੰ। ਜਦੋਂ ਅਕਸਰ ਅਸੀਂ ਜੇ ਕੋਈ ਸਾਡਾ ਘਰ 'ਚ ਪੇਸ਼ੈਂਟ ਵੀ ਕੋਈ ਹੋ ਜਾਵੇ ਅਸੀਂ ਉਹਨੂੰ ਲਿਜਾਣਾ ਹੁੰਦਾ ਘਨੌਲੀ, ਅਤੇ ਵਾਰੀ ਵਾਰੀ ਸਾਨੂੰ ਉਸ ਰੋਡ 'ਤੇ ਅਸੀਂ ਅਕਸਰ ਲੰਘਦੇ ਹੀ ਹੈ, ਅਤੇ ਉੱਥੇ ਉਸ ਮਿੱਟੀ ਕਰਕੇ ਮੀਂਹ ਬਾਰਿਸ਼ ਹੋਣ ਕਾਰਨ ਵੀ ਚਿੱਕੜ ਬਹੁਤ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਉਸ ਸਮੱਸਿਆ ਕਰਕੇ ਅਸੀਂ ਇਹ ਕਰ ਰਹੇ ਹਾਂ। ਉੱਥੇ ਕਿਆ ਕਿਆ ਉੱਤਰਦਾ ਉਸ ਜਗ੍ਹਾ ਤੋਂ? ਉੱਥੇ ਕੋਲਾ ਉਤਰਦਾ, ਜਿਪਸਮ ਉਤਰ ਰਹੀ ਜੀ, ਖਾਸ ਹੀ ਹੋਰ ਮਿੱਟੀ ਆ ਜੀ, ਕੋਈ ਪਾਕਿਸਤਾਨੀ ਮਿੱਟੀ ਦੱਸ ਰਿਹਾ ਜੀ, ਲਾਲ ਮਿੱਟੀ ਆ, ਉਸ ਕਰਕੇ ਸਾਨੂੰ ਜਿਹੜਾ ਬੰਦਾ ਮੋਟਰਸਾਈਕਲ ਲਿਜਾਣਾ ਉਦੋਂ ਪ੍ਰਦੂਸ਼ਣ। ਤੁਹਾਡੇ ਇਲਾਕੇ ਵਾਲਿਆਂ ਨੇ ਕਦੇ ਸ਼ਿਕਾਇਤ ਨਹੀਂ ਕਰੀ ਜੀ? ਸ਼ਿਕਾਇਤ ਕੋਈ ਕਰਦਾ ਹੀ ਨਹੀਂ ਹੈ ਜੀ, ਕੋਈ ਗੌਰ ਹੀ ਨਹੀਂ ਰਿਹਾ ਜੀ। ਅਕਸਰ ਜਦ ਕੋਈ ਐਕਸੀਡੈਂਟ ਹੋਇਆ ਫਿਰ ਕਹਿ ਦਿੰਦੇ ਆ ਵੀ ਚਲੋ ਕੋਈ ਨਹੀਂ ਦੇਖ ਲੈਂਦੇ, ਕਰਦੇ ਆ ਕਰਦੇ ਆ, ਫਿਰ ਇੱਦਾਂ ਸ਼ੁਰੂ ਚੱਲ ਰਿਹਾ ਕੰਮ ਜੀ। ਇਸ ਤਰ੍ਹਾਂ ਕਿਆ ਬੰਦ ਹੋਣਾ ਚਾਹੀਦਾ? ਇਹ ਤਾਂ ਬੰਦ ਹੀ ਹੋਣਾ ਚਾਹੀਦਾ ਜਿੱਥੇ ਤੱਕ ਰੋਡ ਦੇ ਜ਼ਿਆਦਾ ਨੇੜੇ। ਹਾਂਜੀ, ਰੋਡ ਦੇ ਜ਼ਿਆਦਾ ਨੇੜੇ ਆ, ਇੱਕ ਨਾਲ ਹੀ ਰੇਲਵੇ ਟਰੈਕ ਉਹਦੇ ਨਾਲ, ਕਰਕੇ ਹਾਂਜੀ ਯਾਤਰੀਆਂ ਨੂੰ ਵੀ ਕੁਛ ਪ੍ਰਦੂਸ਼ਣ ਹੁੰਦਾ ਉਸ ਚੀਜ਼ ਦਾ। ਇੱਕ ਡੰਪ ਖੁੱਲਿਆ ਹੋਇਆ ਘਨੌਲੀ ਦੇ ਨਾਲ ਸਰਸਾ ਨੰਗਲ ਦੇ ਵਿਚਕਾਰ, ਉੱਥੇ ਕਾਫੀ ਧੂੜ ਵਗੈਰਾ ਉੱਡਦੀ ਹੈ, ਤੁਹਾਡਾ ਕੀ ਕਹਿਣਾ ਹੈ? ਸਾਡਾ ਤਾਂ ਇਹ ਕਹਿਣਾ ਕਿ ਉਹ ਉੱਧਰ ਰੇਲਵੇ ਲਾਈਨ ਹੈ ਜੀ ਅਤੇ ਨਾਲ ਨੈਸ਼ਨਲ ਹਾਈਵੇ ਰੋਡ ਹੈ, ਜਦੋਂ ਗੱਡੀਆਂ ਉੱਥੋਂ ਨਿਕਲਦੀਆਂ ਬਰਸਾਤ ਦਾ ਟਾਈਮ ਆ, ਟਾਇਰਾਂ ਨੂੰ ਮਿੱਟੀ ਲਾ ਕੇ ਚਿੱਕੜੇ ਚਿੱਕੜ ਹੁੰਦਾ, ਉੱਥੇ ਕਦੋਂ ਹੱਸਦੇ ਵੀ ਹੋਏ ਆ ਰੋਡ 'ਤੇ ਜਦੋਂ ਆਮ ਲੋਕ ਲੰਘਦੇ ਮੋਟਰਸਾਈਕਲ ਸਕੂਟਰ ਨਾਲ ਜੀ, ਅਤੇ ਬਾਕੀ ਉੱਥੇ ਜਿਹੜਾ ਉਹਦੀ ਧੂੜ ਆ ਡੰਪ ਦੀ ਉਹ ਬਹੁਤ ਜ਼ਿਆਦਾ ਸਾਡੇ ਏਰੀਏ ਨੂੰ ਖਰਾਬ ਕਰ ਰਹੀ ਆ, ਜਦਕਿ ਇਹ ਇੱਥੇ ਹੋਣਾ ਨਹੀਂ ਚਾਹੀਦਾ। ਇਹਨੂੰ ਕਿਤੇ ਉਹੀ ਜਗ੍ਹਾ ਚਾਹੀਦੀ ਜਿੱਥੇ ਕੋਈ ਸਾਈਡ ਜੰਗਲ ਜੁੰਗਲ ਦੇ ਸਾਈਡ ਜਿੱਥੇ ਕੋਈ ਇਹਦੀ ਬਣਦੀ ਜਗ੍ਹਾ ਜਿਹਦਾ ਹੋਣਾ ਚਾਹੀਦਾ, ਇੱਥੇ ਰੋਡ 'ਤੇ ਬਿਲਕੁਲ ਗਲਤ ਆ, ਜਦਕਿ ਸਹੀ ਨਹੀਂ ਹੈ। ਹਾਂਜੀ, ਭਰਤਗੜ੍ਹ ਸੋਰੀ ਸਰਸਾ ਨੰਗਲ ਦੇ ਘਨੌਲੀ ਵਿਚਕਾਰ ਜਿਹੜਾ ਇੱਕ ਡੰਪ ਜਿਹੜਾ ਹੈ ਜਿੱਥੇ ਕਿ ਕੋਲਾ ਅਤੇ ਹੋਰ ਕਈ ਤਰ੍ਹਾਂ ਦੀ ਮਿੱਟੀ ਉਤਰਦੀ ਹੈ, ਇਹਦੇ ਕਾਰਨ ਕਾਫੀ ਰਾਹਗੀਰ ਜਿਹੜੇ ਹੈ ਅੱਖਾਂ ਦੇ ਵਿੱਚ ਮਿੱਟੀ ਪੈਂਦੀ ਹੈ, ਕਾਫੀ ਧੂੜ ਲੋਕਾਂ ਨੇ ਸ਼ਿਕਾਇਤ ਵੀ ਕਰੀ ਹੈ। ਇਸ ਸੰਬੰਧ ਵਿੱਚ ਅਸੀਂ ਨਰਿੰਦਰਪੁਰੀ ਜੀ ਭਰਤਗੜ੍ਹ ਤੋਂ ਜਿਹੜੇ ਜਿਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜਿਆ ਸੀ ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਤੁਸੀਂ ਦੱਸੋ ਜਰਾ ਕਿਆ ਹਾਲ ਹੋਣਾ ਚਾਹੀਦਾ? ਕਈ ਪਿੰਡਾਂ ਦੇ ਲੋਕਾਂ ਦਾ ਮੇਰੇ ਪਾਸ ਵੀ ਇਹ ਸ਼ਿਕਾਇਤ ਆਈ ਹੈ ਕਿ ਜਿਹੜੀ ਇਹ ਮਿੱਟੀ ਹੈ ਇੱਥੋਂ ਬਹੁਤ ਧੂੜ ਉੱਡਦੀ ਹੈ, ਕੋਲਾ ਗਿਰਦਾ ਇੱਥੇ, ਅਤੇ ਜਿਹੜੀ ਇਹ GT ਰੋਡ ਨੈਸ਼ਨਲ ਹਾਈਵੇ ਦੇ ਨਾਲ ਡੰਪ ਖੁੱਲ੍ਹਿਆ ਹੈ, ਇਸ ਕਰਕੇ ਜਦੋਂ ਟਰੱਕ ਭਰ ਕੇ ਨਿਕਲਦੇ ਆ ਤਾਂ ਉਹ ਸਾਰੀ ਮਿੱਟੀ ਜਿਹੜੀ ਸੜਕ ਦੇ ਵਿੱਚ ਜਾ ਜਾਂਦੀ ਅਤੇ ਉੱਥੇ ਕਈ ਵਾਰ ਐਕਸੀਡੈਂਟ ਹੋਣ ਦਾ ਵੀ ਖਤਰਾ ਰਹਿੰਦਾ ਹੈ। ਸੋ ਮੇਰੀ ਬੇਨਤੀ ਹੈ ਵਿਭਾਗ ਨੂੰ ਕਿ ਇਸ ਜਲਦ ਤੋਂ ਜਲਦ ਕੋਈ ਕਾਰਵਾਈ ਕੀਤੀ ਜਾਵੇ।